ਰੂਪਨਗਰ 'ਚ ਵਿਜੀਲੈਂਸ ਦੀ ਟੀਮ ਵੱਲੋਂ BDPO ਦਫ਼ਤਰ ਮੋਰਿੰਡਾ ਵਿਖੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ BDPO ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਮੌਕੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਨੂੰ ਸਰਕਾਰ ਵੱਲੋਂ ਸੋਲਰ ਲਾਈਟਾਂ ਲਗਾਉਣ ਲਈ 3 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ, ਜਿਸ ਵਿੱਚੋਂ BDPO ਮੋਰਿੰਡਾ 3% ਰਿਸ਼ਵਤ ਮੰਗਦਾ ਸੀ, ਜਿਸ ਸੰਬੰਧੀ ਵਿਜੀਲੈਂਸ ਰੂਪਨਗਰ ਦੀ ਟੀਮ ਨੂੰ ਸੂਚਿਤ ਕੀਤਾ ਅਤੇ BDPO ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਪਿਛਲੇ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਸਰਪੰਚ ਗ੍ਰਾਮ ਪ੍ਰੋਜੈਕਟ ਘਰਾਲੀ ਆ ਅਤੇ ਜਦੋਂ ਸਰਕਾਰ ਬਦਲੀ ਦੁਬਾਰਾ ਫਿਰ ਮੈਨੂੰ ਮੇਰੇ ਪਿੰਡ ਨੇ ਮੌਕਾ ਦਿੱਤਾ, ਮੈਂ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ। ਇਹ ਜਿਹੜਾ BDPO ਇਹਦੇ ਮਨ 'ਚ ਹਮੇਸ਼ਾ ਇਹੀ ਰਹਿੰਦਾ ਤਾ ਵੀ ਇਹ ਅਕਾਲੀ ਆ, ਇਹਦੇ ਕੰਮ ਨਹੀਂ ਹੋਣ ਦੇਣਾ, ਇਹ ਆਏ ਆ। ਜਦਕਿ ਸਰਕਾਰ ਵੱਲੋਂ ਮੈਨੂੰ ਪਿਛਲੇ ਦਿਨਾਂ 'ਚ ਵੀ ਗ੍ਰਾਂਟ ਮਿਲੀ ਆ, ਸਰਕਾਰ ਵੱਲੋਂ ਕੋਈ ਮੇਰੇ ਨਾਲ ਵੱਖਵਾਤ ਨਹੀਂ ਕਰੇਗਾ। ਹੁਣ ਜਿਹੜੀ ਪਿਛਲੇ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਮਾਨਯੋਗ ਕੈਬਨਿਟ ਮੰਤਰੀ ਵੱਲੋਂ ਮੇਰੇ ਪਿੰਡ ਨੂੰ ਸੋਲਰ ਲਾਈਟ ਦੀ ਗ੍ਰਾਂਟ ਦਿੱਤੀ 3 ਲੱਖ ਰੁਪਏ, ਉਹ ਪਿਛਲੇ ਅਗਸਤ ਦੀ ਸਾਡੀ ਜਾਰੀ ਹੋਈ ਹੋਈ ਹੈ। ਅਸੀਂ ਇਹਦੇ ਮਗਰ ਆਉਂਦੇ ਤੇ ਪੁੱਛਦੇ ਤੇ ਲਾਈਟਾਂ ਲਾਉਣੀਆਂ, ਜਦਕਿ ਮੈਨੂੰ ਸਸਤੇ ਰੇਟ 'ਚ ਮਾਰਕੀਟ ਦੇ ਵਿੱਚ ਲਾਈਟ ਮਿਲਦੀ ਜੀ। ਪਹਿਲਾਂ ਤਾਂ ਟੰਗ ਅੜੀ ਰਹੀ, ਐਸਟੀਮੇਟ ਲਿਆਓ ਜੀ, ਐਸਟੀਮੇਟ ਲਿਆਉਂਦਾ ਮੈਂ ਅਖਬਾਰ 'ਚ ਦੇ ਕੇ ਕੋਟੇਸ਼ਨਾਂ ਲਈਆਂ, ਉਦੋਂ ਬਾਅਦ ਮੇਰਾ ਚੱਲਦਾ ਰਿਹਾ ਸਿਲਸਿਲਾ। ਫਿਰ ਕਹਿੰਦੇ ਜੀ ਐਗਰੀਮੈਂਟ ਬਣਾਓ, ਉਹ ਵੀ ਬਣਾ ਲਿਆ, ਚੈੱਕ ਕਲੀਅਰ ਕਰਦੇ ਉਦੋਂ ਮੈਨੇ ਮੇਰੇ ਨਾਲ ਸੌਦਾ ਕਰਿਆ। ਜਦੋਂ ਚੈੱਕ ਮੇਰਾ ਕਲੀਅਰ ਨਹੀਂ ਤਾਂ ਮੈਨੂੰ ਸੌਦਾ ਮਜਬੂਰਨ ਕਰਨਾ ਪਿਆ। ਮੈਂ ਪੁੱਛਿਆ, ਮੈਂ ਕਿਹਾ ਜੀ ਦੱਸੋ ਕੀ ਆ। ਕਹਿੰਦੇ ਤੂੰ ਕਿੰਨੀ ਸੇਵਿੰਗ ਕਰ ਸਕਦਾ, ਮੈਂ ਤਾਂ ਅਚਨਚੇਤ ਨਿਕਲਿਆ, ਮੈਂ ਦੱਸ ਦਿਉ ਜੀ 5-6% ਕਰ ਦਿੰਦੇ ਹਾਂ। ਅਤੇ ਕਹਿੰਦੇ 3% ਮੇਰਾ ਰੱਖ ਦੀ। ਮੈਂ ਕਿਹਾ ਜੀ ਫਿਰ ਜੇ 6 ਰੱਖਦੇ ਤਾਂ ਤੁਹਾਨੂੰ ਸੈਕਟਰੀ ਵਗੈਰਾ ਨੂੰ ਵੀ ਵੰਡ ਦਾਂਗੇ। ਕਹਿੰਦਾ ਸੈਕਟਰੀ ਨੂੰ ਨਹੀਂ, ਮੈਨੂੰ ਤੂੰ ਉਹ ਕਰ ਦੀ। ਫਿਰ ਮੈਂ ਕਿਹਾ 3,18,000 ਰੁਪਏ ਬਣਦਾ। ਕਹਿੰਦਾ ਨਹੀਂ ਜੀ, ਮੈਨੂੰ ਤਾਂ 10,000 ਰੁਪਏ ਦਿਓ। ਅੱਜ ਇਹ 10,000 ਰੁਪਇਆ, ਕਦੇ ਤਾਂ ਮੇਰੇ ਕੋਲ ਇੱਥੇ ਇੱਕ ਦਿਨ ਮੈਂ ਤਹਿਸੀਲ 'ਚ ਆਇਆ ਤਾਂ ਇੱਥੇ ਮੈਨੂੰ ਬੁਲਾ ਕੇ ਕਹਿੰਦੇ ਮੈਨੂੰ 15,000 ਦੇ। ਉੱਦੋਂ ਮੈਂ ਖੜਾ ਛਿੜਾ ਕੇ ਹਟਿਆ। ਜਦੋਂ ਬੱਬੂ ਮਾਨ ਰੋਪੜ ਲੱਗ ਰਿਹਾ ਸਾਡੇ ਧੱਕੇ ਨਾਲ, ਜੇਬਾਂ ਮੁੰਦਰੀਆਂ ਰਹੀਆਂ, ਧੱਕੇ ਨਾਲ ਇਹਦੇ ਪੈਸੇ ਲਓ, ਕਦੇ ਕੁਛ ਅਸੀਂ ਦੁਖੀ ਹੋਏ ਬੱਤੇ ਜੀ। ਦੁਖੀ ਹੋਣ 'ਤੇ ਮੈਂ ਇੱਕ ਆਪਣਾ ਇਮਾਨਦਾਰੀ ਦਾ ਪੱਖ ਪੂਰਦਾ ਹੋਇਆ ਵੀ ਮੈਂ ਇੱਕ ਇਮਾਨਦਾਰ ਸਰਪੰਚ ਹਾਂ, ਮੈਂ 9 ਰੁਪਇਆ ਖਾਣਾ ਤਾਂ ਨਾ ਖਾਣਾ ਪੈਣਾ। ਇਸ ਦੇ ਤਹਿਤ ਮੈਂ ਇਹਨੂੰ ਵਿਜੀਲੈਂਸ ਨੂੰ ਰੰਗੇ ਦਿੱਤਾ। ਸਰਪੰਚ ਸਾਹਿਬ ਆਏ ਸੀ ਗੁਰਪ੍ਰੀਤ ਸਿੰਘ ਟੰਗਾਲੀਪਿੰਡ ਦੇ, ਜਿਹਨਾਂ ਨੇ ਕੰਪਲੇਂਟ ਕੀਤੀ ਸੀ ਪਲੀਸ ਮੇਰਾ BDPO ਮੁੰਡਾ ਉਹ ਪੈਸੇ ਦੀ ਮੰਗ ਕਰ ਰਿਹਾ 10,000 ਰੁਪਏ ਦੀ, ਅਤੇ ਜਿਸ 'ਤੇ ਅਸੀਂ ਟਾਈਪ ਕਰਕੇ ਇੱਥੇ ਲੱਗੇ ਅੱਧੀ ਰਾਉਂਡ ਪੜ੍ਹ ਲਿਆ ਸੀ। ਅਮਰਦੀਪ ਸਿੰਘ BDPO ਮੁੰਡਾ ਅਰੈਸਟ ਕਰ ਲਿਆ ਅਤੇ ਕੱਲ੍ਹ ਸਵੇਰੇ ਪੇਸ਼ ਕਰਾਂਗੇ ਉਹਨਾਂ ਨੂੰ ਕੋਰਟ ਦੇ ਵਿੱਚ। ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੂਪਨਗਰ ਤੋਂ ਮਨਜੀਤ ਸਿੰਘ ਦੀ ਰਿਪੋਰਟ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।